ਗੁੱਡਾ ਸੰਯੋਜਕ ਬਹੁਜਨ ਕ੍ਰਾਂਤੀ ਮੋਰਚਾ ਜ਼ਿਲ੍ਹਾ ਪਟਿਆਲਾ ਅਤੇ ਬਹੁਜਨ ਮੁਕਤੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ। ਭਾਜੀ ਕੀ ਕਰਾਂ ਲਈ ਤੱਕ ਕੀ ਕਰਾਂ ਅੱਜ ਜਿਹੜਾ ਹੈਗਾ ਆਪਾਂ ਬੀਜੇਪੀ ਸਰਕਾਰ ਨੇ ਜਿਹੜਾ NRC ਔਰ CAA ਇਹ ਜਿਹੜਾ ਬਿੱਲ ਲੈ ਕੇ ਆਏ ਨੇ ਇਹ ਬਿੱਲ ਬਹੁਤ ਘਾਤਕ ਹੈ ਜੋ ਦੇਸ਼ ਦੇ 85% ਮੂਲ ਨਿਵਾਸੀ ਲੋਕ ਨੇ SC ST OBC ਉਹਨਾਂ ਦੇ ਖਿਲਾਫ਼ ਹੈ। ਇਹਦਾ ਸਭ ਤੋਂ ਵੱਡਾ ਜੇ ਸਬੂਤ ਦੇਖਣਾ ਹੋਵੇ ਜੋ ਆਸਾਮ ਦੇ ਵਿੱਚ ਉੱਥੇ NRC ਕੀਤੀ ਗਈ ਹੈ ਉਹਦੇ ਵਿੱਚ 19 ਲੱਖ ਲੋਕ ਜਿਹੜੇ ਹੈਗੇ ਆ NRC ਤੋਂ ਬਾਹਰ ਹੋ ਗਏ ਜਿਹਦੇ ਵਿੱਚ ਸਿਰਫ 5 ਲੱਖ ਜਿਹੜੇ ਮੁਸਲਮਾਨ ਨੇ ਔਰ ਬਾਕੀ ਜਿਹੜੇ 14.5 ਲੱਖ ਲੋਕ ਨੇ ਉਹ SC ST OBC ਦੇ ਲੋਕ ਨੇ। ਇਸ ਕਰਕੇ ਜਿਹੜਾ ਸਾਡਾ ਅੱਜ ਦੇਸ਼ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਭਾਰਤ ਬੰਦ ਦੀ ਕੌਲ ਆ ਬਹੁਜਨ ਕ੍ਰਾਂਤੀ ਮੋਰਚਾ ਦੇ ਬੈਨਰ ਥੱਲੇ ਜਿਹਦੇ ਵਿੱਚ ਘੱਟੋ ਘੱਟ 1 ਲੱਖ ਔਰਗਨਾਈਜੇਸ਼ਨਾਂ ਜਿਹੜੀਆਂ ਸ਼ਾਮਿਲ ਹੋ ਰਹੀਆਂ ਨੇ। ਕੋਈ ਨਹੀਂ ਚੱਲਣ ਦੇ ਯਾਰ ਘੱਟੋ ਘੱਟ ਅੱਜ ਜਿਹੜਾ ਦੇਸ਼ ਭਾਰਤ ਬੰਦ ਕੀਤਾ ਜਾ ਰਿਹਾ ਇਹਦੇ ਵਿੱਚ 1 ਲੱਖ ਔਰਗਨਾਈਜੇਸ਼ਨਾਂ ਬਹੁਜਨ ਕ੍ਰਾਂਤੀ ਮੋਰਚੇ ਦੇ ਬੈਨਰ ਥੱਲੇ ਭਾਰਤ ਨੂੰ ਬੰਦ ਕਰ ਰਹੀਆਂ ਨੇ ਜਿਹਦਾ ਸਾਰੇ ਦੇਸ਼ ਦੇ ਵਿੱਚ ਅੱਜ ਵਿਆਪਕ ਜਿਹੜਾ ਬੰਦ ਦਾ ਜਿਹੜਾ ਹੈਗਾ ਸੱਦਾ ਉਹ ਬਹੁਤ ਵੱਡੇ ਪੈਮਾਨੇ 'ਤੇ ਅਸੀਂ ਅੱਜ ਭਾਰਤ ਬੰਦ ਕਰ ਰਹੇ ਹਾਂ। ਸਾਡੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਾਡੇ ਨਾਲ ਅਲਾਇੰਸ ਹੈਗਾ ਜਿਹੜਾ ਇਸ NRC ਦੇ ਮੁੱਦੇ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸੁਤੰਤਰਤਾ ਅਕਾਲੀ ਦਲ ਅਤੇ ਦਲ ਖਾਲਸਾ ਬਹੁਜਨ ਮੁਕਤੀ ਪਾਰਟੀ ਬਾਮਸੇਫ ਭਾਰਤ ਮੁਕਤੀ ਮੋਰਚਾ ਭਾਰਤੀ ਵਿਦਿਆਰਥੀ ਮੋਰਚਾ ਰਾਸ਼ਟਰੀ ਮਹਿਲਾ ਸੰਘ ਅਤੇ ਰਾਸ਼ਟਰੀ ਮੁਸਲਿਮ ਮੋਰਚਾ ਸਾਡੇ ਇਸ ਬੰਦ ਦੇ ਵਿੱਚ ਸ਼ਾਮਿਲ ਹੋਣਗੇ। ਅੱਜ ਦਾ ਜਿਹੜਾ ਹੈਗਾ ਅਸੀਂ ਸ਼ਾਂਤਮਈ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਜੋ ਜਿਹੜਾ ਲੋਕਾਂ ਦੇ ਵਿੱਚ ਇੱਕ ਰਾਏ ਬਣਾਈ ਜਾ ਸਕੇ ਕਿ ਵੀ ਜਿਹੜਾ ਇਹ ਬਿੱਲ ਹੈ ਜਿਹੜਾ BJP ਸਰਕਾਰ ਨੇ ਬ੍ਰਾਹਮਣਵਾਦੀ ਸਰਕਾਰ ਨੇ ਇਹ ਬਿੱਲ ਜਿਹੜਾ ਹੈਗਾ ਲਿਆਂਦਾ ਇਹਨੂੰ ਵਾਪਸ ਕਰਾਇਆ ਜਾ ਸਕੇ। ਠੀਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਪਟਿਆਲਾ ਸ਼ਹਿਰੀ ਅਤੇ ਨਾਲ ਮੇਰੇ ਪਾਰਟੀ ਦੇ ਸਰਦਾਰ ਬਲਕਾਰ ਸਿੰਘ ਜੀ ਪ੍ਰਧਾਨ ਦਿਹਾਤੀ ਉਹ ਵੀ ਆਏ ਹੋਏ ਹਨ ਅਤੇ ਬਾਕੀ ਜਥੇਬੰਦੀ ਵੀ ਆਈ ਹੋਈ ਹੈ। ਗੱਲ ਇਹ ਹੈਗੀ ਕਿ ਅਸੀਂ ਰੋਜ਼ ਧਰਨੇ ਅਤੇ ਨਾਅਰੇ ਮਾਰੀ ਜਾਣ ਰਹੇ ਹਾਂ। ਜੇ ਕਿਤੇ ਇੱਥੇ ਆਮ ਜਨਤਾ ਇਹ ਸੋਚੇ ਕਿ ਇਹਦੇ 'ਚ ਸਾਨੂੰ ਕੋਈ ਫਾਇਦਾ ਹੋਣਾ ਹੈ, ਸਾਨੂੰ ਫਾਇਦਾ ਹੋਣਾ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹਦੇ ਲਈ ਚਿੰਤਤ ਹੈਗੇ ਹਾਂ। ਅੱਜ ਜਿਹੜਾ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਉਹ ਚੱਲ ਰਿਹਾ ਨਾਗਪੁਰ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਅਤੇ RSS ਦਾ। ਅੱਜ ਉਹ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 3% ਜਿਹੜੇ ਲੋਕ ਹਨ ਉਹ 97% ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਨੇ। ਅੱਜ ਅਗਰ ਕਿਤੇ ਆਪਾਂ ਗੱਲ ਕਰੀਏ ਸਾਡੇ ਬੱਚੇ ਸਾਡੇ ਪਰਿਵਾਰ ਘੱਟ ਗਿਣਤੀ ਲੋਕ ਉਹ ਤਾਂ ਭੁੱਖ ਦੇ ਨਾਲ ਜੂਝ ਰਹੇ ਨੇ ਪਰ ਜੇ ਕਿਤੇ ਤੁਸੀਂ ਅੱਜ ਜਿਹੜੀਆਂ ਸਰਕਾਰਾਂ ਚਲਾ ਰਹੀਆਂ ਉਹਨਾਂ ਦੇ ਵੱਲ ਧਿਆਨ ਮਾਰੋ। ਮੈਂ ਦਾਅਵੇ ਨਾਲ ਇਹ ਗੱਲ ਤੋਂ ਦੱਸਣਾ ਚਾਹੁੰਦਾ ਕਿ ਉਹਨਾਂ ਕੋਲ 30-30 ਸਾਲ ਦਾ ਪੈਸਾ ਇੰਨਾ ਇਕੱਠਾ ਹੋ ਮੇਰਾ ਨਾਮ ਡਾਕਟਰ ਜਤਿੰਦਰ ਸਿੰਘ ਮੱਠੂ ਹੈ। ਮੈਂ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਦਾ ਪ੍ਰਧਾਨ। ਤੁਸੀਂ ਇਕੱਠੇ ਹੋਏ ਹੋ ਮਾਰਚ ਕੱਢੋਗੇ, ਕਿਸ ਮੰਗਾਂ ਨੂੰ ਲੈ ਕੇ ਤੁਹਾਡਾ ਮਾਰਚ ਹੈ? ਅੱਜ ਦਾ ਜਿਹੜਾ ਮਾਰਚ ਹੈ ਇਹ ਸਾਡੇ ਬਾਮਸੇਫ ਵੱਲੋਂ ਸੀਗਾ। ਦੇਸ਼ ਦੇ ਵਿੱਚ ਜਿਹੜਾ ਇਹ ਨਵਾਂ ਕਾਲਾ ਕਾਨੂੰਨ ਜਿਹੜੀ ਮੋਦੀ ਗੌਰਮੈਂਟ ਲੈ ਕੇ ਆਈ ਹੈ ਉਹਨੂੰ ਰੱਦ ਕਰਾਉਣ ਵਾਸਤੇ ਔਰ ਉਸ ਕਾਨੂੰਨ ਨੂੰ ਪਾਸ ਨਾ ਹੋਣ ਦੇਣ ਵਾਸਤੇ ਲਾਗੂ ਨਾ ਕਰਨ ਵਾਸਤੇ ਸੋ ਅਸੀਂ ਆਪਣੀ ਜਿਹੜੀ ਫੈਡਰੇਸ਼ਨ ਵੱਲੋਂ ਵੱਖ ਵੱਖ ਫੈਡਰੇਸ਼ਨਾਂ ਇੱਥੇ ਆਈਆਂ ਨੇ, ਜਥੇਬੰਦੀਆਂ ਆਈਆਂ ਨੇ, ਅਸੀਂ ਸਾਰੇ ਇੱਕ ਮੰਚ 'ਤੇ ਇਕੱਠੇ ਹਾਂ ਔਰ ਇਸ ਚੀਜ਼ ਦਾ ਸਮਰਥਨ ਕਰਦੇ ਹਾਂ ਕਿਉਂਕਿ ਅੱਜ ਮੋਦੀ ਸਰਕਾਰ ਭਾਜਪਾ ਸਰਕਾਰ ਜਿਹੜੀ RSS ਦੇ ਏਜੰਡੇ 'ਤੇ ਕੰਮ ਕਰ ਰਹੀ ਹੈ, ਦੇਸ਼ ਨੂੰ ਦੇਸ਼ ਦੇ ਵਿੱਚ ਇੱਕ ਨਫ਼ਰਤ ਫੈਲਾ ਰਹੀ ਹੈ ਧਰਮ ਦੇ ਨਾਂ 'ਤੇ, ਇੱਕ ਬਹੁਤ ਵੱਡੀ ਰਾਜਨੀਤੀ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਜੇ ਇਸ ਨੂੰ ਇਹਨਾਂ ਦੇ ਏਜੰਡਿਆਂ ਨੂੰ ਇਹਨਾਂ ਦੇ ਮਨਸੂਬਿਆਂ ਨੂੰ ਨਾ ਰੋਕਿਆ ਗਿਆ ਤਾਂ ਇਹ ਭਾਰਤ ਨੂੰ ਇੱਕ ਕਤਲੋਗਾਰਤ ਵਾਲੇ ਪਾਸੇ ਲੈ ਕੇ ਜਾਣਗੇ, ਉਹਦੇ ਦੰਗਾ ਫਸਾਦ ਕਰਵਾਉਣਗੇ, ਪੂਰੇ ਹਿੰਦੂ ਮੁਸਲਿਮ ਦੀ ਲੜਾਈ ਕਰਨਗੇ, ਲੜਾਈ ਕਰਾਉਣਗੇ, ਸਿੱਖਾਂ ਨੂੰ ਕ੍ਰਿਸ਼ਨਾਂ ਨਾਲ ਲੜਾਉਣਗੇ। ਲੇਕਿਨ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਜਿਹੜਾ ਸੰਵਿਧਾਨ ਦੇ ਵਿੱਚ ਇਹਨੂੰ ਭਾਰਤ ਨੂੰ ਸੈਕੂਲਰ ਦੇਸ਼ ਗਰਦਾਨਿਆ ਕਿ ਇਹ ਭਾਰਤ ਨਿਰਪੱਖ ਦੇਸ਼ ਹੈ, ਧਰਮ ਨਿਰਪੱਖ ਦੇਸ਼ ਹੈ, ਇੱਥੇ ਹਰ ਤਰ੍ਹਾਂ ਦਾ ਬਸ਼ਿੰਦਾ ਨਾਗਰਿਕ ਰਹਿ ਸਕਦਾ, ਉਹਨੂੰ ਅਧਿਕਾਰ ਦਿੱਤੇ ਸੀਗੇ ਔਰ ਇਹ ਸਿੱਧਾ ਸਿੱਧਾ ਸਾਡੇ ਭਾਰਤੀ ਸੰਵਿਧਾਨ ਦੀ ਜਿਹੜੀ Article 14 Article 15 ਦਾ ਹਨਨ ਹੈ ਉਹਦੀ ਉਲੰਘਣਾ ਹੈ ਕਿਉਂਕਿ ਸਾਡੇ ਮਨੁੱਖੀ ਅਧਿਕਾਰ ਨੇ
ਉਹਨਾਂ ਦਾ ਜਿਹੜਾ ਮੋਦੀ ਸਰਕਾਰ ਨੇ ਰੱਜ ਕੇ ਕਤਲ ਕੀਤਾ, ਸੰਵਿਧਾਨ ਨੂੰ ਕੁਚਲਿਆ, ਦਰੜਿਆ, ਸਿੱਧੇ ਢੰਗ ਨਾਲ ਨਹੀਂ ਕੁਛ ਕਰ ਪਾ ਰਹੇ ਸੀ ਉਹਨਾਂ ਨੇ, ਮਤਲਬ ਟੇਢੇ ਢੰਗ ਨਾਲ ਭਾਰਤੀ ਸੰਵਿਧਾਨ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅਸੀਂ ਇਸ ਗੌਰਮੈਂਟ ਦੇ ਮਨਸੂਬਿਆਂ ਦੇ, ਜਿਹੜੀ RSS ਦੀਆਂ ਚਾਲਾਂ ਦੇ, ਜੋ ਭਾਰਤ ਨੂੰ ਦਰੜਨ ਦੀਆਂ, ਲੋਕਾਂ ਨੂੰ ਕੁਚਲਣ ਦੀਆਂ, ਖਾਸ ਕਰਕੇ ਸਾਡੇ ਜਿਹੜੇ ਘੱਟ ਗਿਣਤੀ ਲੋਕ ਨੇ, ਸਾਡੇ SC ਲੋਕ ਨੇ, ਦਲਿਤ ਲੋਕ ਨੇ, ਸਿੱਖ ਨੇ, ਇਹ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਇਸ ਦੇਸ਼ ਨੂੰ ਇੱਕ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਘੋਸ਼ਿਤ ਕਰਨ ਦਾ ਹੈਗਾ। ਅੱਜ ਦਾ ਕੀ ਪ੍ਰੋਗਰਾਮ ਸੁਬਿਆਂ ਨੂੰ ਨਹੀਂ, ਅੱਜ ਹੋਣ ਦੇਵਾਂਗੇ, ਅੱਜ ਦਾ ਕੀ ਪ੍ਰੋਗਰਾਮ ਤੁਹਾਡਾ? ਅੱਜ ਅਸੀਂ ਇੱਥੇ ਫਿਲਹਾਲ ਇਕੱਠੇ ਹੋਏ ਹਾਂ, ਇੱਥੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਬੱਸ ਸਟੈਂਡ ਪਟਿਆਲਾ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ। ਔਰ ਇੱਥੇ ਸਾਡੇ ਸਾਥੀ ਆ ਰਹੇ ਨੇ, ਫਿਰ ਅਸੀਂ ਇੱਕ ਮਾਰਚ ਦੇ ਰੂਪ ਵਿੱਚ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਾਂਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ ਜਿਹੜੀ ਹੈਗੀ ਹੈ ਚਿੱਠੀ, ਇੱਕ ਮੰਗ ਪੱਤਰ, ਸਾਥੀਆਂ ਦੀ ਜੋ ਰਣਨੀਤੀ ਬਣਾਈ ਹੋਈ ਹੈ ਉਸਦੇ ਅਕੋਰਡਿੰਗ। ਕੋਈ ਬੰਦਰੀ ਕੋਲ ਵੀ ਤੁਹਾਡੇ ਵੱਲੋਂ ਦੁਕਾਨਾਂ ਬੰਦ ਕਰਾਈਆਂ ਜਾਣਗੀਆਂ ਤੁਹਾਡੇ ਵੱਲੋਂ ਬਾਜ਼ਾਰ ਜਿਹੜੇ ਖੁੱਲ੍ਹੇ? ਨਹੀਂ ਨਹੀਂ, ਅਸੀਂ ਫਿਲਹਾਲ ਅਸੀਂ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਸਾਡੇ ਹੀ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਦਾ ਸਾਹਮਣਾ ਕਰਨਾ ਪਵੇ। ਅਸੀਂ ਕੋਈ ਕਾਨੂੰਨ ਦਾ ਸੈਂਟ, ਮੈਂ ਕਹਿੰਦਾ ਉਹਨੂੰ, ਤੋਂ ਹਿਟਲਰ ਨੇ ਵੀ ਜਰਮਨੀ ਦੇ ਵਿੱਚ ਜਿਸ ਤਰ੍ਹਾਂ ਯਹੂਦੀਆਂ ਨੂੰ ਤਬਾਹ ਕੀਤਾ ਸੀਗਾ ਆਪਣਾ ਸਾਮਰਾਜ ਕਾਇਮ ਕਰਨ ਵਾਸਤੇ, ਉਸੇ ਤਰਜ਼ 'ਤੇ ਅੱਜ ਮੋਦੀ ਸਰਕਾਰ ਇਸ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਤੁਹਾਨੂੰ? ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ, ਬਹੁਤ ਜ਼ਿਆਦਾ ਕ੍ਰਾਂਤੀ ਮੋਰਚਾ ਪਟਿਆਲਾ ਵੱਲੋਂ ਦਿੱਤਾ ਗਿਆ ਸਾਰੇ ਮੰਤਰੀ, ਜਿਹੜਾ ਆਪਣੇ ਨਾਗਰਿਕਤਾ ਬਿੱਲ 'ਤੇ ਸੀ ਬਿੱਲ ਬਣਿਆ, ਜਿਹਦੇ ਦੇਸ਼ ਕੀਤਾ ਗਿਆ ਜਿਹੜਾ ਕਿ ਗੱਲ ਕਰਦੇ ਹਾਂ ਪ੍ਰੈਜੀਡੈਂਟ ਆਫ ਇੰਡੀਆ ਇਸ ਨੂੰ ਅਸੀਂ ਜਿਸ ਤਰ੍ਹਾਂ ਬਹੁਤ ਪ੍ਰਯਾਸ ਕੀਤਾ।